ਰਾਦਾ ਦੋ ਦੋ ਗੁਰਪੁਰਬ ਮਨਾਏ ਜਾਂਦੇ ਸਨ। ਹੁਣ ਸਰਨਾ ਸਾਹਿਬ ਇਹ ਹੁਣ ਕਲੈਰੀਫਾਈ ਕਰਨਗੇ ਕਿ ਬਈ ਅਕਾਲ ਤਖਤ ਵਾਲਾ ਕੈਲੰਡਰ ਮੰਨਣਗੇ ਕਿ ਇਹ ਵਾਲਾ ਕੈਲੰਡਰ ਹਾਲੇ ਵੀ ਮੰਨਦੇ ਨੇ। ਹੁਣ ਜਿਹੜਾ ਵੀ ਬੰਦਾ ਗਲਤ ਸੀ ਉਸ ਟਾਈਮ, ਉਹ ਜਾਂ ਤਾਂ ਅਕਾਲ ਤਖਤ ਵਿੱਚ ਜਾ ਕੇ ਮਾਫ਼ੀ ਮੰਗੇਗਾ ਜਾਂ ਅਕਾਲ ਤਖਤ ਬਾਦਲ ਅਕਾਲੀ ਦਲ ਮਾਫ਼ੀ ਮੰਗੇਗਾ। ਅਕਾਲੀ ਦਲ ਦਾ ਪਤਨ ਹੋਇਆ ਹੈਗਾ, ਉਹਦੇ ਵਿੱਚ ਸਿਰਫ ਇੱਕੋ ਔਰ ਇੱਕੋ ਬੰਦਾ ਸ਼ਾਮ ਹੈਗਾ ਜ਼ਿੰਮੇਵਾਰ, ਉਹ ਹੈ ਬਲਵਿੰਦਰ ਸਿੰਘ ਭੁੱਲਰ। ਉਹ ਬੰਦਾ ਆਪਣਾ ਹਿਸਾਬ ਦੇਖਦਾ ਸੀ ਕਿ ਵੀ ਮੈਨੂੰ ਕੀ ਮਿਲਦਾ ਪਿਆ ਹੈਗਾ। ਉਸ ਵਜ੍ਹਾ ਦੇ ਨਾਲ ਉਹਨੇ ਦਿੱਲੀ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬੇੜਾ ਗਰਕ। ਸੁਖਬੀਰ ਬਾਦਲ ਜਿਹੜਾ ਹੈਗਾ ਉਹ ਬਹੁਤ ਲੰਬੀ ਦੇਰ ਚੱਲਣੀ ਹੈ ਇਹਨਾਂ ਦੀਆਂ। ਉਹਨਾਂ ਨੂੰ ਸੁਖਬੀਰ ਬਾਦਲ ਨੂੰ ਸ਼ੁਰੂ ਤੋਂ ਚਮਚੇ ਔਰ ਚਟਕਾਰੇ ਜਿਹੜੇ ਹੈਗੇ ਉਹ ਪਸੰਦ ਹੈਗੇ, ਉਹਨਾਂ ਨੂੰ ਸਰਨਾ ਸਾਹਿਬ ਵਰਗਾ ਬੰਦਾ ਬਿਲਕੁਲ ਕਦੇ ਪਸੰਦ ਨਹੀਂ ਆਇਆ ਜਿਹੜਾ ਬੰਦਾ ਆਪਣੀ ਗੱਲ ਕਹਿ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੀ ਅਧਿਆਪਕ ਜਿਹੜੇ ਦਿੱਲੀ ਦੇ ਹੈਗੇ ਉਹ ਸਰਨਾ ਸਾਹਿਬ ਹੈਗੇ ਜੀ, ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵੀ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਹੈ ਉਹਦੇ ਵੀ ਅਧਿਆਪਕ ਜਿਹੜੇ ਨੇ ਦਿੱਲੀ ਦੇ ਉਹ ਸਰਨਾ ਸਾਹਿਬ ਹੈਗੇ। ਇਹ ਤਾਂ ਹੁਣ ਕਲੈਰੀਫਿਕੇਸ਼ਨ ਜਿਹੜੀ ਹੈਗੀ ਹੈ ਉਹੀ ਦੇਣਗੇ, ਜਾਂ ਉਹਨਾਂ ਦੇ ਜਿਹੜੇ ਲੀਡਰ ਹੈਗੇ ਭੁੱਦਰ ਸਾਹਿਬ ਵਰਗੇ ਜਾਂ ਬਾਬਾ ਸਾਹਿਬ ਵਰਗੇ ਜਿਹੜੇ ਬੰਬੇ ਦੇ ਹੈਗੇ ਜਿਨ੍ਹਾਂ ਨੇ ਇਹ ਫੈਸਲਾ ਕਰਵਾਇਆ ਹੈ ਕਿ ਬਈ ਉਹਨਾਂ ਦੀ ਪਾਰਟੀ ਮਰਜ ਹੋਈ ਹੈ ਕਿ ਨਹੀਂ ਹੋਈ ਹੈ। ਲੇਕਿਨ ਕੁਛ ਸਵਾਲ ਇਹਦੇ ਵਿੱਚ ਪੈਦਾ ਹੁੰਦੇ ਨੇ। ਪਹਿਲਾ ਸਵਾਲ ਤਾਂ ਇਹ ਹੁੰਦਾ ਪੈਦਾ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਸੀ ਉਹ ਸਰਨਾ ਸਾਹਿਬ ਉਹਨਾਂ ਨੇ ਦਿੱਲੀ 'ਚ ਲਾਗੂ ਕੀਤਾ ਨਹੀਂ ਸੀ, ਉਹਨੇ ਪੂਰੇਵਾਲ ਸਾਹਿਬ ਦਾ ਕੈਲੰਡਰ ਲਾਗੂ ਕੀਤਾ ਸੀ, ਜਿਸ ਕਾਰਨ ਦਿੱਲੀ ਦੇ ਅੰਦਰ ਦੋ ਦੋ ਸੰਗਰਾਂਦਾਂ ਦੋ ਦੋ ਗੁਰਪੁਰਬ ਮਨਾਏ ਜਾਂਦੇ ਸਨ। ਹੁਣ ਸਰਨਾ ਸਾਹਿਬ ਇਹ ਹੁਣ ਕਲੈਰੀਫਾਈ ਕਰਨਗੇ ਕਿ ਬਈ ਅਕਾਲ ਤਖਤ ਵਾਲਾ ਕੈਲੰਡਰ ਮੰਨਣਗੇ ਕਿ ਇਹ ਵਾਲਾ ਕੈਲੰਡਰ ਹਾਲੇ ਵੀ ਮੰਨਦੇ ਨੇ। ਹੁਣ ਜਿਹੜਾ ਵੀ ਬੰਦਾ ਗਲਤ ਸੀ ਉਸ ਟਾਈਮ, ਉਹ ਜਾਂ ਤਾਂ ਅਕਾਲ ਤਖਤ ਵਿੱਚ ਜਾ ਕੇ ਮਾਫ਼ੀ ਮੰਗੇਗਾ ਜਾਂ ਅਕਾਲ ਤਖਤ ਬਾਦਲ ਅਕਾਲੀ ਦਲ ਮਾਫ਼ੀ ਮੰਗੇਗਾ। ਸ਼੍ਰੋਮਣੀ ਗੁਰਦੁਆਰਾ ਪਾਕਿਸਤਾਨ ਦੀ ਜਿਹੜੀ ਕਮੇਟੀ ਹੈਗੀ ਹੈ ਉਹ ਕਮੇਟੀ ਜਿਹੜੀ ਹੈ ਹਾਲੇ ਵੀ ਪੂਰੇਵਾਲ ਸਾਹਿਬ ਦਾ ਕੈਲੰਡਰ ਮੰਨਦੀ ਪਈ ਹੈ, ਉੱਥੇ ਫਿਰ ਹਾਲੇ ਦੁਬਿਧਾ ਪਈ ਹੋਈ ਹੈ। ਸਰਨਾ ਸਾਹਿਬ ਦੇ ਆਪਣੇ ਬੜੇ ਸੰਬੰਧ ਚੰਗੇ ਹੈਗੇ ਪਾਕਿਸਤਾਨ ਦੀ ਕਮੇਟੀ ਦੇ ਨਾਲ, ਕਿ ਉਹ ਉਹਨੂੰ ਦੁਬਾਰਾ ਅਕਾਲ ਤਖਤ ਵਾਲੀ ਡੇਟਾ 'ਤੇ ਲੈ ਕੇ ਆਉਣਗੇ, ਅਕਾਲ ਤਖਤ ਵਾਲਾ ਕੈਲੰਡਰ ਜਿਹੜਾ ਨਾਨਕਸ਼ਾਹੀ ਹੈਗਾ ਉਹਦੇ ਉੱਪਰ ਲਾਗੂ ਕਰਵਾਉਣਗੇ। ਇਹ ਇੱਕ ਦੇਖਣ ਵਾਲੀ ਚੀਜ਼ ਹੈਗੀ ਹੈ। ਦੂਜੀ ਜਿਹੜੀ ਚੀਜ਼ ਹੈਗੀ ਹੈ, ਹਾਲੇ ਸਾਲ ਨਹੀਂ ਹੋਇਆ ਲੁਧਿਆਣਾ ਕਨਵੈਨਸ਼ਨ ਹੋਈ ਸੀ, ਸਰਨਾ ਸਾਹਿਬ ਨੇ ਕਰਵਾਈ ਸੀ ਔਰ ਉਹਦੇ ਵਿੱਚ ਸਾਰੇ ਬੁੱਧੀਜੀਵੀ ਆਏ ਸਨ, ਸਾਡੀ ਪਾਰਟੀ ਨੂੰ ਵੀ ਇਨਵਾਈਟ ਕੀਤਾ ਗਿਆ ਸੀ, ਸਾਡੀ ਤਰਫੋਂ ਕੋਈ ਗਿਆ ਨਹੀਂ ਸੀ ਉਹਦੇ ਵਿੱਚ। ਉਹਦੇ ਵਿੱਚ ਇੱਕ ਰੈਜੋਲੂਸ਼ਨ ਪਾਸ ਹੋਇਆ ਸੀ ਕਿ ਬਈ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਦਾ ਕਾਰਨ ਜਿਹੜਾ ਹੈਗਾ ਉਹ ਸੁਖਬੀਰ ਬਾਦਲ ਹੈਗਾ, ਔਰ ਜਿਹੜਾ ਇਹਨਾਂ ਨੇ ਚਿੱਟਾ ਵੇਚਿਆ ਪੰਜਾਬ ਦੇ ਅੰਦਰ ਉਸ ਕਾਰਨ 'ਤੇ ਸਾਰੀ ਬਦਨਾਮੀ ਹੋਈ ਹੈ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਾਰਨ ਇੱਕ ਬਣਿਆ ਜਿਹਦੇ ਨਾਲ ਇਹ ਬਾਦਲ ਪਰਿਵਾਰ ਨੂੰ ਅਕਾਲੀ ਦਲ ਵਿੱਚੋਂ ਹਟ ਜਾਣਾ ਚਾਹੀਦਾ ਹੈਗਾ। ਕੀ ਸਰਨਾ ਸਾਹਿਬ ਹਾਲੇ ਵੀ ਉਹ ਸਟੈਂਡ ਕਰਨਗੇ ਉਸ ਚੀਜ਼ ਨੂੰ ਕਿ ਬਈ ਉਹ ਚੀਜ਼ ਜਿਹੜੀ ਹੈਗੀ ਹੈ ਮੈਂ ਆਪਣੇ ਉਸ ਰੈਜੋਲੂਸ਼ਨ 'ਤੇ ਜਿਹੜੀ ਮੈਂ ਬੁਲਾਈ ਸੀ ਉਹਦੇ ਉੱਪਰ ਮੈਂ ਸਟੈਂਡ ਕਰਦਾ ਵਾਂ। ਔਰ ਦੂਜੀ ਗੱਲ ਜਿਹੜੀ ਆਉਂਦੀ ਹੈ, ਅਕਾਲੀ ਦਲ ਦਾ ਪਤਨ ਹੋਇਆ ਹੈਗਾ ਉਹਦੇ ਵਿੱਚ ਸਿਰਫ ਇੱਕੋ ਔਰ ਇੱਕੋ ਬੰਦਾ ਹੈਗਾ ਜ਼ਿੰਮੇਵਾਰ, ਉਹ ਹੈ ਬਲਵਿੰਦਰ ਸਿੰਘ ਭੁੱਲਰ। ਉਸ ਬੰਦੇ ਨੇ ਨੀਤੀਆਂ ਦੇ ਕਾਰਨ, ਕਿਉਂਕਿ ਉਹਨੇ ਆਪਣੀ ਹਾਜ਼ਰੀ ਲਗਾਉਣੀ ਆਉਂਦੀ ਸੀ ਬਾਦਲ ਸਾਹਿਬ ਦੇ ਅੱਗੇ, ਉਹ ਬੰਦਾ ਬੇਹਦ ਕਿਸਮ ਦਾ ਲਿਫਤਾ ਆਦਮੀ ਹੈ, ਜਿਸ ਆਦਮੀ ਨੇ ਕਦੇ ਵੀ ਕਿਸੇ ਗੱਲ ਦੇ ਉੱਪਰ ਕੋਈ ਸਟੈਂਡ ਨਹੀਂ ਲਿਆ ਔਰ ਮਹਾ ਕਰਪਟ ਆਦਮੀ, ਉਹਨੇ ਕਿਸੇ ਨੂੰ ਵੀ ਕੋਈ ਵੀ ਚੀਜ਼ ਚਾਹੀਦੀ ਹੁੰਦੀ ਸੀ ਉਹ ਬੰਦਾ ਆਪਣਾ ਹਿਸਾਬ ਦੇਖਦਾ ਸੀ ਕਿ ਵੀ ਮੈਨੂੰ ਕੀ ਮਿਲਦਾ ਪਿਆ ਹੈਗਾ। ਉਸ ਵਜ੍ਹਾ ਦੇ ਨਾਲ ਉਹਨੇ ਦਿੱਲੀ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬੇੜਾ ਗਰਕ ਕੀਤਾ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਸਰਨਾ ਸਾਹਿਬ ਉਹਨੂੰ ਕਿਵੇਂ ਡੀਲ ਕਰਦੇ ਨੇ ਔਰ ਉਹਦੇ ਨਾਲ ਕਿਵੇਂ ਕਰਦੇ ਨੇ। ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਬਾਦਲ ਜਿਹੜਾ ਹੈਗਾ ਕੋਈ ਬਹੁਤ ਲੰਬੀ ਦੇਰ ਚੱਲਣੀ ਹੈ ਇਹਨਾਂ ਦੀ ਆਪਸ ਵਿੱਚ। ਕੋਈ ਕਾਰਨ ਇਹ ਵੇ ਕਿ ਬਈ ਉਹਨਾਂ ਨੂੰ ਸੁਖਬੀਰ ਬਾਦਲ ਨੂੰ ਸ਼ੁਰੂ ਤੋਂ ਚਮਚੇ ਔਰ ਚਟਕਾਰੇ ਜਿਹੜੇ ਹੈਗੇ ਉਹ ਪਸੰਦ ਹੈਗੇ, ਉਹਨਾਂ ਨੂੰ ਸਰਨਾ ਸਾਹਿਬ ਵਰਗਾ ਬੰਦਾ ਬਿਲਕੁਲ ਕਦੇ ਪਸੰਦ ਨਹੀਂ ਆਏਗਾ ਜਿਹੜਾ ਬੰਦਾ ਆਪਣੀ ਗੱਲ ਕਹਿ ਸਕਦਾ।